ਕਿੰਨੀ ਕਬੱਡੀ ਜਿਹੜੀ ਹੈਗੀ ਆ ਸੇਵਾ ਜਨ ਦੀ ਜਿਹੜੀ ਹੈਗੀ ਆ ਡਾਕਟਰ ਸਾਹਿਬ ਵੱਲੋਂ ਕੀਤੀ ਗਈ। ਅਸੀਂ ਤਾਂ ਡਾਕਟਰ ਗੁਲਜ਼ਾਰ ਸਾਹਿਬ ਦਾ ਤਹਿ ਦਿਲੋਂ ਦਿਲੋਂ ਮਨੋਂ ਮਨੋਂ ਧੰਨਵਾਦ ਕਰਨ ਲਈ ਆਏ ਹਾਂ ਅੱਜ, ਕਿਉਂਕਿ ਉਹਨਾਂ ਨੇ ਆਪਣੀ ਬੜੀ ਮਿਹਨਤ ਸਦਕਾ ਲੋਕਾਂ ਦੀ ਸੇਵਾ ਕੀਤੀ ਹੈ। ਦੇਖੋ ਸੇਵਾ ਕਰਨ ਦਾ ਹਰ ਇੱਕ ਦਾ ਤਰੀਕਾ ਹੁੰਦਾ, ਕੋਈ ਫੀਲਡ ਦੇ ਵਿੱਚ ਕਰ ਸਕਦਾ, ਕੋਈ ਮੈਡੀਕਲ ਵਾਲੇ ਪਾਸੋਂ ਕਰ ਸਕਦਾ, ਕੋਈ ਲੰਗਰ ਵਾਲੇ ਪਾਸੋਂ ਕਰ ਸਕਦਾ, ਕਿਸੇ ਤਰ੍ਹਾਂ ਉਸ ਤਰ੍ਹਾਂ ਦੀ ਸੇਵਾ ਇਹਨਾਂ ਨੇ ਨਿਭਾਈ ਹੈ। ਬੀਜੇਪੀ ਦਾ ਨਾਮ ਜਿਹੜਾ ਹੈਗਾ ਕਿ ਲੀਡਰ ਨੇ ਜਿਹੜੇ ਭਾਵੇਂ ਕਿ ਹੋਰ ਲੋਕ ਨੇ ਜਿਹੜੇ ਲੈਣਾ ਵੀ ਪਸੰਦ ਨਹੀਂ ਸੀ ਕਰਦੇ, ਪਰ ਹੁਣ ਹੋੜ ਲੱਗ ਗਈ ਹੈ ਬੀਜੇਪੀ ਦੇ ਵਿੱਚ ਜਾਣ ਦੀ। ਕਿੰਨੀ ਹੋੜ ਲੱਗ ਜੇ, ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ ਤੁਹਾਡੇ ਕੋਲ। ਕੀ ਲੱਗ ਰਿਹਾ ਤੁਹਾਨੂੰ ਵੀ ਕਿਸ ਤਰ੍ਹਾਂ ਚੱਲ ਰਹੀ ਹੈ ਸਰਕਾਰ? ਜਿੱਥੇ ਆਰਥਿਕ ਸੰਕਟ ਹੈ, ਸਮਾਜਿਕ ਸੰਕਟ ਵੀ ਹੈ, ਉੱਥੇ ਪੋਲੀਟੀਕਲ ਸੰਕਟ ਵੀ ਨਾਲ ਚੱਲ ਰਿਹਾ। ਕਿਸੇ ਵੀ ਪੋਲੀਟੀਕਲ ਪਾਰਟੀ ਦੀ ਇੱਥੇ ਹੋਂਦ ਬਰਕਰਾਰ ਨਹੀਂ, ਕੋਈ ਦਾਅਵੇ ਨਾਲ ਨਹੀਂ ਕਹਿ ਸਕਦਾ ਵੀ ਮੈਂ ਜਿੱਤੂੰਗਾ, ਨਾ ਸੋਨੂੰ ਦਾਅਵਾ ਵੀ ਕਿਹੜੀ ਜਿੱਤੂਗੀ, ਨਾ ਸਾਨੂੰ ਹੈ। ਇਹਦਾ ਮਤਲਬ ਇਹ ਵੀ ਆਰਥਿਕ ਜਿਹੜੀ ਹਾਲਤ ਹੈ, ਜਿੱਥੇ ਆਰਥਿਕ ਮੰਦਵਾੜਾ, ਉੱਥੇ ਸਮਾਜਿਕ ਬੁਰਾਈਆਂ ਦਾ ਵੀ ਪੂਰਾ ਦੌਰ ਚੱਲਿਆ ਹੋਇਆ। ਸਿਆਸੀ ਕਮਜ਼ੋਰੀਆਂ ਵੀ ਬਹੁਤ ਜ਼ਿਆਦਾ ਨੇ, ਕਿਉਂਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਿਸੇ ਕੋਲ ਨਹੀਂ, ਇਸ ਕਰਕੇ ਇਹ ਹਾਲਤਾਂ ਨੇ ਜਿਹੜੀਆਂ ਇਹਨਾਂ ਦੇ ਵਿੱਚ ਕੋਈ ਤਬਦੀਲੀ ਦੀ ਭਾਵਨਾ ਨਜ਼ਰ ਆਉਂਦੀ। ਕਿਸਾਨੀ ਅੰਦੋਲਨ ਜਿਹੜਾ ਲਗਾਤਾਰ ਚੱਲਿਆ, ਪੂਰੇ ਵਰਲਡ ਦੇ ਲੋਕ ਸੀ ਜਿਹੜੇ ਭਾਵੇਂ ਕਿ ਸਰਕਾਰਾਂ ਸੀ, ਇਸ ਅੰਦੋਲਨ ਨੇ ਹਿਲਾ ਦਿੱਤੀਆਂ ਸੀ ਅਤੇ ਜਿੱਤ ਕੇ ਜਿਹੜੇ ਵਾਪਸ ਵੀ ਆਏ ਨੇ, ਅਤੇ ਕਈ ਅਜਿਹੇ ਲੋਕ ਸੀ ਭਾਵੇਂ ਕਿ ਡਾਕਟਰ ਹੋਣ ਭਾਵੇਂ ਹੋਰ ਹੋਣ, ਜਿਨ੍ਹਾਂ ਨੇ ਆਪਣੀ ਸੇਵਾ ਜਿਹੜੀ ਹੈਗੀ ਹੈ ਬਹੁਤ ਬਾਖੂਬੀ ਨਿਭਾਈ ਸੀ। ਡਾਕਟਰ ਗੁਲਜ਼ਾਰ ਸਿੰਘ ਮਲੇਰਕੋਟਲਾ ਤੋਂ ਜਿਹੜਾ ਹਸਪਤਾਲ ਹੈ ਗੁਲਜ਼ਾਰ ਹਸਪਤਾਲ, ਇਹਨਾਂ ਵੱਲੋਂ ਵੀ ਸੇਵਾ ਜਿਹੜੀ ਹੈਗੀ ਹੈ ਬਹੁਤ ਵੱਡੇ ਪੱਧਰ 'ਤੇ ਨਿਭਾਈ ਗਈ ਸੀ। ਮੁਫਤ ਜਿਹੜਾ ਹੈਗਾ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਸ਼ਾਮਲ ਕਿਸਾਨ ਸੀ, ਉਹਨਾਂ ਦਾ ਮੁਫਤ ਇਲਾਜ ਕੀਤਾ ਗਿਆ ਸੀ। ਉਗਰਾਹਾ ਸਾਹਿਬ ਅੱਜ ਪਹੁੰਚੇ ਨੇ, ਸਰ ਕੀ ਕਹੋਗੇ, ਕਿੱਡੀ ਕਬੱਡੀ ਜਿਹੜੀ ਹੈਗੀ ਆ ਸੇਵਾ ਜਨ ਦੀ ਜਿਹੜੀ ਹੈਗੀ ਆ ਡਾਕਟਰ ਸਾਹਿਬ ਵੱਲੋਂ ਕੀਤੀ ਗਈ ਆ? ਅਸੀਂ ਤਾਂ ਡਾਕਟਰ ਗੁਲਜ਼ਾਰ ਸਾਹਿਬ ਦਾ ਤਹਿ ਦਿਲੋਂ ਦਿਲੋਂ ਮਨੋਂ ਮਨੋਂ ਧੰਨਵਾਦ ਕਰਨ ਲਈ ਆਏ ਹਾਂ ਅੱਜ, ਕਿਉਂਕਿ ਉਹਨਾਂ ਨੇ ਆਪਣੀ ਬੜੀ ਮਿਹਨਤ ਸਦਕਾ ਲੋਕਾਂ ਦੀ ਸੇਵਾ ਕੀਤੀ ਹੈ। ਦੇਖੋ ਸੇਵਾ ਕਰਨ ਦਾ ਹਰ ਇੱਕ ਦਾ ਤਰੀਕਾ ਹੁੰਦਾ, ਕੋਈ ਫੀਲਡ ਦੇ ਵਿੱਚ ਕਰ ਸਕਦਾ, ਕੋਈ ਮੈਡੀਕਲ ਵਾਲੇ ਪਾਸੋਂ ਕਰ ਸਕਦਾ, ਕੋਈ ਲੰਗਰ ਵਾਲੇ ਪਾਸੋਂ ਕਰ ਸਕਦਾ, ਕਿਸੇ ਤਰ੍ਹਾਂ ਉਸ ਤਰ੍ਹਾਂ ਦੀ ਸੇਵਾ ਇਹਨਾਂ ਨੇ ਨਿਭਾਈ ਹੈ। ਇੱਕ ਬਹੁਤ ਹੀ ਬਾਖੂਬੀ ਅਤੇ ਬਹੁਤ ਹੀ ਸ਼ਲਾਘਾਯੋਗ, ਯਾਨੀ ਕਿਸੇ ਕਿਸਮ ਦੀ ਕੋਈ ਨਹੀਂ, ਜਦੋਂ ਵੀ ਇਹਨਾਂ ਨੂੰ ਮੈਸੇਜ ਕਰਨਾ ਜਾਂ ਫੋਨ ਕਰਨਾ, ਹੱਸਦੇ ਚਿਹਰੇ 'ਚ ਐਨ ਹੌਸਲੇ ਨਾਲ ਬੋਲਣਾ, ਇਹਨਾਂ ਨੇ ਕਦੇ ਨਹੀਂ ਹਿਸਾਬ ਕਿਤਾਬ ਕੀਤਾ ਵੀ ਮੇਰਾ ਟਾਈਮ ਇੱਧਰ ਕਿੰਨਾ ਲੱਗਿਆ, ਅਤੇ ਜਿੰਦ ਜਾਣ ਨਾਲੇ ਟਾਈਮ ਲਾਇਆ, ਅਤੇ ਇਸ ਸੇਵਾ ਇਹਨਾਂ ਦੀ ਕੀਤੀ ਸਾਨੂੰ ਹਮੇਸ਼ਾ ਯਾਦ ਰਹੋ। ਅਜਿਹੇ ਵਿਅਕਤੀ ਨਾਲ ਨੇ ਤਈਓ ਅੰਦੋਲਨ ਵੀ ਕਾਮਯਾਬ ਹੁੰਦੇ ਆ ਜੀ। ਧਰਤੀ ਹੈ, ਸਾਨੂੰ ਇਹ ਲੱਗਦਾ ਵੀ ਇਹਨਾਂ ਲੋਕਾਂ ਦੇ ਸਿਰ 'ਤੇ ਖੜੀ ਹੈ, ਜਿਹੜੇ ਹਕੀਕਤ ਨੂੰ ਪਛਾਣਦੇ ਨੇ, ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਨੇ, ਜਿਹੜੇ ਆਪਦੀ ਧਰਤੀ ਦੀ ਪਛਾਣ ਕਰਦੇ ਨੇ, ਆਪਦੇ ਲੋਕਾਂ ਦੀ ਪਛਾਣ ਕਰਦੇ ਨੇ, ਆਪਦੀ ਰੋਟੀ ਰੋਜ਼ੀ ਚੰਗੀ ਖਾਂਦੇ ਕਮਾਉਂਦੇ ਨੇ, ਮੌਜ ਕਰ ਸਕਦੇ ਸੀ। ਪਰ ਸੋਸ਼ਲ ਹੋਣਾ ਕਿਸੇ ਬੰਦੇ ਦਾ, ਲੋਕਾਂ ਦੀ ਖਾਤਰ ਲੜਨਾ, ਲੋਕਾਂ ਦੀ ਖਾਤਰ ਕੁਝ ਕਰਨਾ, ਇਹ ਕੁਆਲਿਟੀ ਹਰ ਇੱਕ ਦੇ ਵਿੱਚ ਨਹੀਂ ਹੁੰਦੀ। ਬੀਜੇਪੀ ਦਾ ਨਾਮ ਜਿਹੜਾ ਹੈਗਾ ਕਿ ਲੀਡਰ ਨੇ ਜਿਹੜੇ ਭਾਵੇਂ ਕਿ ਹੋਰ ਲੋਕ ਨੇ ਜਿਹੜੇ ਲੈਣਾ ਵੀ ਪਸੰਦ ਨਹੀਂ ਸੀ ਕਰਦੇ, ਪਰ ਹੁਣ ਹੋੜ ਲੱਗ ਗਈ ਹੈ ਬੀਜੇਪੀ ਦੇ ਵਿੱਚ ਜਾਣ ਦੀ। ਕਿੰਨੀ ਹੋੜ ਲੱਗ ਜੇ, ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ ਤੁਹਾਡੇ ਕੋਲ ਜਾਣ। ਕੀ ਲੱਗਦਾ ਹੁਣ ਜਿਹੜੀਆਂ ਇਲੈਕਸ਼ਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ, ਜਿਹੜੀ ਹੈਗੀ ਸਰਕਾਰ ਕੀ ਕਹੋਗੇ, ਜਿਹੜੀਆਂ ਕਿ ਕੋਈ ਸੋਟੀਆਂ ਵੀ ਮਾਰੀਆਂ ਜਾਂਦੀਆਂ ਨੇ, ਜਿਹੜੇ ਰੋਜ਼ਗਾਰ ਲੈਣ ਵਾਸਤੇ ਜਾਂਦੇ ਨੇ, ਇੱਕ ਪਾਸੇ ਕਿਹਾ ਜਾਂਦਾ ਘਰ ਘਰ ਰੋਜ਼ਗਾਰ ਦੇਵਾਂਗੇ, ਦੂਸਰੇ ਪਾਸੇ ਕੀ ਲੱਗ ਰਿਹਾ ਤੁਹਾਨੂੰ ਵੀ ਕਿਸ ਤਰ੍ਹਾਂ ਚੱਲ ਰਹੀ ਹੈ ਸਰਕਾਰ ਇੱਥੇ ਪੰਜਾਬ 'ਚ? ਜਿੱਥੇ ਆਰਥਿਕ ਸੰਕਟ ਹੈ, ਸਮਾਜਿਕ ਸੰਕਟ ਵੀ ਹੈ, ਉੱਥੇ ਪੋਲੀਟੀਕਲ ਸੰਕਟ ਵੀ ਨਾਲ ਤੁਰਦਾ ਜਾਂ, ਕਿਸੇ ਵੀ ਪੋਲੀਟੀਕਲ ਪਾਰਟੀ ਦੀ ਇੱਥੇ ਹੋਂਦ ਬਰਕਰਾਰ ਨਹੀਂ, ਕੋਈ ਦਾਅਵੇ ਨਾਲ ਨਹੀਂ ਕਹਿ ਸਕਦਾ ਵੀ ਮੈਂ ਜਿੱਤੂੰਗਾ, ਨਾ ਸੋਨੂੰ ਦਾਅਵਾ ਵੀ ਕਿਹੜੀ ਜਿੱਤੂਗੀ, ਨਾ ਸਾਨੂੰ ਹੈ। ਇਹਦਾ ਮਤਲਬ ਇਹ ਵੀ ਆਰਥਿਕ ਜਿਹੜੀ ਹਾਲਤ ਹੈ, ਜਿੱਥੇ ਆਰਥਿਕ ਮੰਦਵਾੜਾ, ਉੱਥੇ ਸਮਾਜਿਕ ਬੁਰਾਈਆਂ ਦਾ ਵੀ ਪੂਰਾ ਦੌਰ ਚੱਲਿਆ ਹੋਇਆ। ਸਿਆਸੀ ਕਮਜ਼ੋਰੀਆਂ ਵੀ ਬਹੁਤ ਜ਼ਿਆਦਾ ਨੇ, ਕਿਉਂਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਿਸੇ ਕੋਲ ਨਹੀਂ, ਇਸ ਕਰਕੇ ਇਹ ਹਾਲਤਾਂ ਨੇ ਜਿਹੜੀਆਂ ਇਹਨਾਂ ਦੇ ਵਿੱਚ ਕੋਈ ਤਬਦੀਲੀ ਦੀ ਭਾਵਨਾ ਨਜ਼ਰ ਆਉਂਦੀ। DSP ਦੀ ਆਲੋਚਨਾ ਹਰ ਪਾਸੇ ਹੋ ਰਹੀ ਹੈ, ਤੁਸੀਂ ਨੇ ਵੀ ਕੀਤੀ ਹੈ, ਕੀ ਮੰਗ ਕੀਤੀ ਹੈ ਤੁਸੀਂ? ਸਸਪੈਂਡ ਕਰਕੇ ਪਰਚਾ ਦਰਜ ਕਰਕੇ ਉਹਨੂੰ ਅੰਦਰ ਕਰਨਾ ਚਾਹੀਦਾ ਸੀ, ਮੰਗ ਕੀਤੀ ਹੈ ਮੁੱਖ ਮੰਤਰੀ ਤੋਂ, ਕੱਲ੍ਹ ਉਹਨੇ ਪ੍ਰਵਾਨ ਵੀ ਕੀਤੀ ਹੈ। ਜੇਕਰ ਨਹੀਂ ਹੁੰਦੀ ਤਾਂ? ਨਹੀਂ ਹੁੰਦੀ, ਜਿੱਥੇ ਹੋਊਗਾ ਅਸੀਂ ਘੇਰ ਲਾਂਗੇ। ਬਿਲਕੁਲ ਜੀ, ਬਿਲਕੁਲ। ਡਾਕਟਰ ਸਾਹਿਬ ਕੀ ਕਹੋਗੇ, ਅੱਜ ਗੁਰਾਹ ਸਾਹਿਬ ਆਏ ਨੇ, ਕਿਹੋ ਜਿਹਾ ਮਨ ਦੇ ਵਿੱਚ ਕਿਸ ਤਰ੍ਹਾਂ ਦੀ ਖੁਸ਼ੀ ਮਹਿਸੂਸ ਹੁੰਦੀ ਹੈ? ਬਹੁਤ ਜ਼ਿਆਦਾ ਖੁਸ਼ੀ ਹੈ, ਗੁਰਾਹ ਸਾਹਿਬ ਆਏ ਨੇ ਇੱਥੇ, ਇਸ ਤੋਂ ਵੱਡੀ ਖੁਸ਼ੀ ਹੋ ਨਹੀਂ ਸਕਦੀ। ਇਹਨਾਂ ਨੇ ਜੰਗ ਜਿੱਤਿਆ ਉੱਥੇ, ਅਤੇ ਇਸ ਤੋਂ ਵੱਡੀ ਖੁਸ਼ੀ ਹੋ ਹੀ ਨਹੀਂ ਸਕਦੀ। ਕਿਸ ਤਰ੍ਹਾਂ ਦਾ ਮਰੀਜ਼ ਵੀ ਆਏ ਸੀ, ਅਸੀਂ ਵੀ ਆ ਕੇ ਦੇਖਿਆ ਸੀ, ਮਰੀਜ਼ ਵੀ ਬਹੁਤ ਜ਼ਿਆਦਾ ਖੁਸ਼ ਸੀ, ਇਲਾਜ ਮੁਫਤ ਕੀਤਾ ਤੁਸੀਂ, ਕਿੰਨੇ ਕੁ ਮਰੀਜ਼ ਦੀ ਅਤੇ ਕਿੰਨਾ ਕੁ ਜਿਹਨਾਂ ਦੀ ਲਾਗਤ? ਮੈਂ ਨਾ ਤਾਂ ਮਰੀਜ਼ਾਂ ਦਾ ਕੋਈ ਹਿਸਾਬ ਰੱਖਿਆ, ਨਾ ਕੋਈ ਲਾਗਤ ਦਾ ਹਿਸਾਬ ਰੱਖਿਆ, ਜੋ ਆ ਹੀ ਗਿਆ ਆਪਾਂ ਨੇ ਆਪਣਾ ਫਰਜ਼ ਨਿਭਾਈ ਗਏ। ਗੁਰਾਂ ਸਾਹਿਬ ਇੱਕ ਹੋਰ ਸੀ, ਮੇਨ ਜਿਹੜੀ ਹੈਗੀ ਆ ਬੇਅਦਬੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਲਗਾਤਾਰ, ਕੀ ਕਹੋਗੇ, ਕੀ ਲੱਗ ਰਿਹਾ? ਦੇਖੋ ਬਹੁਤ ਟੇਢਾ ਮਸਲਾ ਹੈ, ਅਤੇ ਬਹੁਤਾ ਕਮੈਂਟ ਕਰਨ ਦੀ ਆਪਣੀ ਲੋੜ। ਬਲਾਸਟ ਵੀ ਹੋਇਆ ਕੱਲ੍ਹ ਲੁਧਿਆਣੇ, ਕੀ ਲੱਗ ਰਿਹਾ ਤੁਹਾਨੂੰ? ਇਹਦੇ ਵਿੱਚ ਵੀ ਦੇਖੋ ਪੋਲੀਟੀਕਲ ਚਾਲਾਂ ਨੇ, ਇਹ ਖੇਡਾਂ ਨੇ, ਲੋਕ ਸਧਾਰਨ ਲੋਕ ਤਾਂ ਇਹੋ ਜਿਹੇ ਕੰਮ ਕਰਦੇ ਨੇ, ਸਿਆਸੀ ਲੋਕ ਏਜੰਸੀਆਂ ਨੇ, ਏਜੰਸੀਆਂ ਵਿੱਚ ਬੜੀਆਂ ਹੋਈਆਂ ਨੇ, ਉਹ ਕਰਵਾਉਂਦੀਆਂ ਨੇ ਕੰਮ, ਬੇਅਬਦੀ ਵੀ ਉਹਦੇ ਨਾਲ ਜੁੜੀ ਹੋਈ ਹੈ, ਬੰਬ ਧਮਾਕੇ ਵੀ ਉਹਦੇ ਨਾਲ ਜੁੜੇ ਹੋਏ। ਵਾਹਿਗੁਰੂ ਜੀ।
ਉਗਰਾਹਾਂ ਅਤੇ ਉਹਨਾਂ ਦੇ ਸਾਰੇ ਟੀਮ ਦੇ ਅੱਜ ਗੁਲਜ਼ਾਰ ਹਸਪੀਟਲ ਆਉਣ 'ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਜਿਨ੍ਹਾਂ ਨੇ ਸਾਨੂੰ ਇਸ ਸੰਘਰਸ਼ ਦਾ ਹਿੱਸਾ ਬਣਾਇਆ ਅਤੇ ਸਾਨੂੰ ਲੋਕਾਂ ਨੂੰ ਜਿਹੜਾ ਹੈ ਇਸਦਾ ਸੇਵਾ ਕਰਨ ਦਾ ਮੌਕਾ ਦਿੱਤਾ। ਅਸੀਂ ਸਾਰੇ ਪੰਜਾਬ ਵਾਸੀ ਉਗਰਾਹਾਂ ਸਾਹਿਬ ਦੀ ਜਿਹੜੀ ਦੇਣ ਨਹੀਂ ਦੇ ਸਕਦੇ, ਜਿਨ੍ਹਾਂ ਦੀ ਮਿਹਨਤ ਅਤੇ ਹੌਸਲਾ ਸਦਕਾ ਅਤੇ ਅਸੀਂ ਆਪਣੇ ਕਿਸਾਨ ਭਰਾਵਾਂ ਅਤੇ ਬੱਚਿਆਂ ਦਾ ਜਿਹੜਾ ਰੁਜ਼ਗਾਰ ਹੈ ਉਹ ਬਚਾ ਲਿਆ। ਜੇ ਕਿਤੇ ਵੱਡੀਆਂ ਵੱਡੀਆਂ ਕੰਪਨੀਆਂ ਅੱਜ ਇੱਥੇ ਆ ਜਾਂਦੀਆਂ ਤਾਂ ਸਾਰੇ ਕਿਸਾਨ ਭਰਾਵਾਂ ਦਾ, ਦੁਕਾਨਦਾਰਾਂ ਦਾ ਜਿਹੜਾ ਹੈਗਾ ਕਿ ਨੁਕਸਾਨ ਬਹੁਤ ਹੋਣਾ ਸੀ। ਅਤੇ ਜੋ ਲੜਾਈ ਇਹਨਾਂ ਨੇ ਲੜੀ ਹੈ ਅਤੇ ਯੁੱਧ ਮੋਰਚਾ ਜੋ ਇਹਨਾਂ ਨੇ ਫਤਿਹ ਕੀਤਾ, ਅਸੀਂ ਸਾਰੇ ਸਮੂਹ ਪੰਜਾਬੀ ਅਤੇ ਪੰਜਾਬ ਦੇ ਸਾਰੇ ਅਗਰੋਹਾਂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਜਿਹੜਾ ਇਹਨਾਂ ਦਾ ਦੇਣ ਹੈ ਉਹ ਪੂਰਾ ਪੰਜਾਬ ਕਦੇ ਨਹੀਂ ਦੇ ਸਕਦਾ। ਬਿਲਕੁਲ ਜੀ, ਇਹ ਡਾਕਟਰ ਸਾਹਿਬ ਸੀ ਜੀ ਮੁਹੰਮਦ ਗੁਲਜ਼ਾਰ ਜੀ, ਜਿਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਅਤੇ ਇਹਨਾਂ ਨੇ ਕਿਹਾ ਕਿ ਮੈਂ ਕੋਈ ਹਿਸਾਬ ਕਿਤਾਬ ਨਹੀਂ ਰੱਖਿਆ, ਭਾਵੇਂ ਜਿੰਨੇ ਵੀ ਕਿਸਾਨ ਆਏ ਨੇ ਉਹਨਾਂ ਦੀ ਮਦਦ ਕੀਤੀ ਆ। ਮਲੇਰਕੋਟਲਾ ਤੋਂ ਕੈਮਰਾਮੈਨ ਸਮੀਰ ਤੂਰ ਨਾਲ ਜਮੀਲ ਖੇੜੀਵਾਲਾ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ। ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।